ਮੈਂ ਜਵਾਨ ਵਾਂ, ਹਲੇ ਤੇ ਮੈਂ ਜਵਾਨ ਵਾਂ, ਨਾ ਰੋਟੀਆਂ ਨਾ ਨਾਨ ਵਾਂ, ਮੈਂ ਪਾਨ ਦੀ ਦੁਕਾਨ ਵਾਂ, ਹਲਾ ਤੇ ਮੈਂ ਜਵਾਨ ਵਾਂ, ਹਲਾ ਤੇ ਮੈਂ ਜਵਾਨ ਵਾਂ। ਲੈ ਬਈ ਤੇਰੀ ਬਫਰ ਬਸ ਜ਼ਰਾ ਜੀ ਹਲਕਾ ਫੁਲਕਾ ਜੀ ਬਸ ਚਿਟਕਾ ਲਾ ਗਿਆ, ਬਾਕੀ ਤੇ ਮਾਸ਼ਾ ਅੱਲਾ ਕੰਮ ਅੱਛਾ ਹੈ, ਇਹਦਾ ਕੋਈ ਮਸਲਾ ਨਹੀਂ ਗਾ। ਓ ਪੀਰ ਬਖੁਸ਼ ਦੀ ਮਾਂ, ਪੀਰ ਬਖੁਸ਼ ਦੀ ਮਾਂ, ਪੀਰ ਬਖੁਸ਼ ਦੀ ਮਾਂ, ਇਹ ਕਿਆ ਸ਼ੋਰ ਮਚਾਇਆ? ਓਏ ਦੁਰਾ, ਓ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ ਦੁਰਾ। ਓਏ ਤੂਨੇ ਕਿਆ ਸ਼ੋਰ ਮਚਾਇਆ ਹੋਇਆ ਹੈ, ਜਿਗਰੋ ਸਾਰਾ ਘਰ ਸੇ ਵੀ ਉਠਾਇਆ ਹੋਇਆ ਹੈ। ਓਏ ਤੈਨੂੰ ਮੈਨੇ ਕਿਤਨੀ ਵਾਰ ਕਿਹਾ, ਨੇਕ ਬਖੁਦ ਇਹ ਹਮਾਰੀ ਤੁਮਾਰੀ ਨਾ ਕਰਾ ਕਰ, ਆਪਣੀ ਜ਼ੁਬਾਨ ਮਿੱਠੀ ਬੋਲਾ ਕਰ, ਇਨਕੋ ਵੀ ਇਹ ਬੱਚਿਆਂ ਨਾਲ ਵੀ ਉਹੀ ਬੋਲਾ ਕਰ। ਅੱਛਾ ਅੱਛਾ ਬਸ ਚੁੱਪ ਕਰ, ਬੋਲ ਕਿਉਂ ਮਾਰ ਬਾਂਗੇ ਮਾਰ ਰਹਾ ਥਾ? ਹੈਂ ਬਾਂਗੇ ਮਾਰ ਰਹਾ ਥਾ? ਮੈਂ ਕੋਈ ਕੁਲੰਗੀ ਕੁਕੜੂ ਕੇ ਬਾਂਗੇ ਮਾਰ ਰਹਾ ਥਾ? ਹਾਏ 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 ਹਾਏ, ਮੈਂ ਤੁਝੇ ਕਿਆ ਬਤਾਉਂ, ਹੈਂ ਇਹ ਤੇਰਾ ਪੁੱਤਰ ਨਹੀਂ ਹੈ? ਪੁੱਤਰ ਹਰ ਵਕਤ ਮੋਬਾਈਲ ਪੇ ਆਤਾ ਰਹਤਾ ਹੈ, ਯਾ ਮਮਤੀ ਪੇ ਚੜ ਕੇ ਗੁੜੀਆਂ ਉਡਾਤਾ ਹੈ, ਔਰ ਸਾਰੇ ਮਹੱਲੇ ਵਾਲੇ ਮੁਝੇ ਗਿਲਾ ਕਰਤੇ ਹੈ, ਹੈਂ ਉਪਰ ਸੇ ਤੂੰ ਮੇਰਾ ਦਿਲ ਫੁਟਾਤਾ ਹੈ। ਓਹੋ ਓਹੋ, ਮਨੇ ਜਿਹੜੀ ਗੱਲ ਐਸੇ ਤੈਨੂੰ ਬੁਲਾਇਆ ਉਹ ਤੇ ਸੁਣਨਾ। ਹਾਂ ਹਾਂ ਬੋਲ। ਦੇਖ ਮੇਰੇ ਪਤਰੀਏ ਦਾ ਵਿਆਹ ਅਗਲੇ ਹਫਤੇ ਸਿਰ ਤੇ ਆ ਗਿਆ, ਤੇ ਮੈਂ ਚਾਹਨਾ ਵਾਂ ਕਿ ਉਸ ਅਸੇ ਕੋਈ ਸੋਹਣਾ ਜਿਹਾ ਤੋਹਫਾ ਲੈ ਕੇ ਜਾਈਆਂ। ਅੱਛਾ, ਆਪਣੇ ਪਤਰੀਏ ਦਾ ਵਿਆਹ ਤਾਂ ਯਾਦ ਹੈ, ਮੇਰੇ ਪਤਰੀਏ ਦਾ ਵਿਆਹ ਯਾਦ ਨਹੀਂ ਹੈ? ਉਹ ਨੇ ਬਹੁਤ ਦੇ ਗੱਲ ਸੰਗੇ, ਤੇਰੇ ਪਤਰੀਏ ਦਾ ਜਿਹੜਾ ਵਿਆਹ ਵੇ ਉਹ ਤੇ ਅਗਲੇ ਮਹੀਨੇ ਵੇ। ਚੱਲ ਇਸ ਤਰ੍ਹਾਂ ਕਰ ਸੀਏ ਕਿ ਦੋਨੋਂ ਉਹਨਾਂ ਦੋਨਾਂ ਵਾਸਤੇ ਕੋਈ ਤੋਹਫਾ ਲੈ ਲਈਏ। ਅੱਛਾ ਤਾਂ ਫਿਰ ਤੂੰ ਇਸ ਤਰ੍ਹਾਂ ਕਰ ਕਿ ਆਪਣੇ ਪਤਰੀਏ ਕੇ ਲਈ 500 ਰੁਪਏ ਕੀ ਗੋਲਡਨ ਵਾਲੀ ਕੜੀ ਲੈ ਆ, ਠੀਕ ਹੈ? ਤੇ ਮੇਰੇ ਪਤਰੀਏ ਵਾਸਤੇ ਖੈਰ ਛੋਟੀ ਜੀ ਸੋਨੇ ਦੀ ਮੁੰਦਰੀ ਲੈ ਆ। ਵਾਹ 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 ਵਾਹ, ਛੋਟਾ ਆਪਣੇ ਵਾਰੀ ਲਾਣੀ ਹਮੇਸ਼ਾ। ਦੇਖ ਛੋਟੀ ਜੀ ਸੋਨੇ ਦੀ ਮੁੰਦਰੀ ਜਿਹੜੀ ਹੈ ਨਾ, ਉਹ ਵੀ ਲੱਖਾਂ ਰੁਪਏ ਦੀ ਆਉਂਦੀ ਆ। ਅੱਜ ਕੱਲ ਤੈਨੂੰ ਸੋਨੇ ਦਾ ਰੇਟ ਤਾਂ ਪਤਾ ਹੈਗੇ ਨਾ। ਅੱਛਾ ਅੱਛਾ, ਮੇਰੀ ਬਾਤ ਕੰਨ ਖੋ ਕੇ ਸੁਣ, ਜਦਕਿ ਮੇਰੇ ਖਾਨਦਾਨ ਮੇ ਜਾਇਆ ਕਰ ਨਾ, ਤੋ ਵਾਂ ਪੇ ਉਰਦੂ ਬੋਲਾ ਕਰ। ਨਾ ਨਾ ਬੇਗਮ, ਨਾ ਨਾ, ਇਹ ਗੱਲ ਤਾਂ ਮੈਂ ਤੇਰੀ ਕਦੀ ਵੀ ਨਾ ਮੰਨਸਾ। ਉਰਦੂ ਡਿੰਗੀ ਚੀ ਵੀ ਉਰਦੂ ਬੋਲ ਬੋਲ ਕੇ ਮਨੇ ਆਪਣੇ ਖਖੋੜੇ ਪਨਵਾ ਸਟੇ। ਐ ਖਖੋੜੇ ਨਹੀਂ ਹੁੰਦੇ, ਖਖਵਾੜੇ ਹੁੰਦੇ ਐ। ਓਏ ਖਖਵਾੜੇ ਪਨਵਾ ਸਟੇ ਤੈਨੂੰ ਚਾ ਪਤਾ ਵੇ ਨਾ, ਆਪਣੀ ਜ਼ੁਬਾਨ ਬੋਲ ਨਾ ਵਾਤ। ਚੁੱਪ, ਮੇਰੀ ਬਾਤ ਸੁਣ, ਬੱਚੋ ਕੇ ਸਾਥ ਉਰਦੂ ਮੇ ਬਾਤ ਕਰੋ ਨਾ, ਹੈ ਗਲਾ ਕਰੋ ਤੋ ਲੋਗੋ ਪਰ ਰੋਪ ਪੜਤਾ ਹੈ। ਅੱਲਾ, ਉਹ ਜੋ ਰੋਪ ਪੜਤਾ ਹੈ ਨਾ ਉਹ ਤੇਰੇ ਹਾਲ ਹੁੰਦੇ ਨੇ। ਦੇਖ ਬੰਦੇ ਲੋਕੇ, ਆਪਣੀ ਜ਼ੁਬਾਨ ਬੋਲਾ ਕਰ, ਜਦੋਂ ਆਪਣਾ ਖਜ਼ਾਨਾ ਮੌਜੂਦ ਹੈ ਤੇ ਦੂਏ ਦੇ ਮਾਲ ਤੇ ਨਜ਼ਰ ਪਾਉਂਦਾ ਹੈ ਬੰਦਾ ਚੋਰ ਲੱਗਦਾ ਹੈ ਚੋਰ। ਦੇਖ ਲੋਗੋ ਪਰ ਰੋਪ ਪੜਤਾ ਹੈ ਨਾ, ਤੂੰ ਸਮਝਾ ਕਰ। ਉਹ ਦੇਖ ਔਰ ਰੋ ਪੜਤਾ ਹੈ ਕਿ ਜੋ ਪੈਦਾ ਹੈ ਛੋੜ ਉਸਨੂੰ, ਆਪਣੀ ਜ਼ੁਬਾਨ ਮੈਂ ਹਮੇਸ਼ਾ ਤੁਹਾਨੂੰ ਕਹਿ ਕਹਿ ਕੇ ਥੱਕ ਗਿਆ ਵਾਂ। ਮਾਂ ਮੈਨੂੰ ਤੇਰੀ ਗੱਲਾਂ ਦੀ ਸਮਝ ਆਉਂਦੀ, ਮੈਂ ਜਾਤੀ ਹੂੰ, ਮੈਨੇ ਚੁੱਲ੍ਹੇ ਪੇ ਆਂਡੀ ਰੱਖੀ ਹੈ। ਚੁੱਲ੍ਹੇ ਪੇ ਆਂਡੀ ਰੱਖੀ ਹੈ? ਹਾਂ, ਦੇਖ ਨਾ ਸਰਦੀਆਂ ਮੇ ਨਾ ਗੈਸ ਹੁੰਦੀ ਹੈ ਤੇ ਗਰਮੀ ਨਾ ਬਿਜਲੀ, ਹੈ ਇਹ ਆਂਡੀ ਨਾ ਲੱਗ ਜਾਏ ਸਾਰ ਖਾਉਂ। ਲੋ ਜੀ, ਤੁਹਾਨੂੰ ਕੋਈ ਸਮਝ ਆਈ ਉਰਦੂ ਦੀ? ਓਏ ਪੀਰ ਬਖੋਸ਼, ਓ ਚੰਨ ਬੀਬੀ, ਓ ਧੀਏ ਕਿੱਥੋਂ ਰਹੇ? ਓਏ ਕਿੱਥੇ ਚਲੇ ਗਏ ਓਏ ਜ਼ਾਲਮੋ? ਹਾਏ ਪਾਪਾ, ਮਮਾ ਕਿੱਧਰ ਹੈ? ਅੱਲਾ, ਪਿਓ ਦੀ ਜਗ੍ਹਾ ਪਾਪਾ ਤੇ ਮਾਂ ਦੀ ਜਗ੍ਹਾ ਮਮਾ। ਲੋ ਜੀ, ਇਹ ਦੂਸਰੀ ਡਿਕਸ਼ਨਰੀ ਇੰਗਲਿਸ਼ ਦੀ ਸ਼ੁਰੂ ਹੋ ਗਈ ਨੇ, ਇਹ ਮੈਨੂੰ ਲੱਗਦਾ ਕੋਈ ਵਲੈਤ ਦੀ ਟ੍ਰੇਨ ਆ ਗਈ ਨੇ। ਦੇਖ ਉਤੋਂ ਆਪਣੀ ਜ਼ੁਬਾਨ ਬੋਲਾ ਕਰ, ਤੁਹਾਨੂੰ ਮੈਨੇ 10 ਦਫਾ ਕੀਆ, ਅਲੇ ਬਤਾ ਕਿ ਤੇਰੇ ਰਿਜ਼ਲਟ ਦਾ ਕੀ ਬਣਾ? ਰਿਜ਼ਲਟ ਪਹਿਲੇ ਤੋਂ ਬਾਤ ਇਹ ਹੈ ਨਾ ਕਿ ਮੇਰਾ ਨਾਮ ਮੂਨ ਮੂਨ ਹੈ, ਮੁਝੇ ਸਾਰੀ ਫਰੈਂਡਸ ਮੂਨ ਕਹਿੰਦੀ ਹਨ। ਅੱਛਾ, ਤੁਹਾਨੂੰ ਸਾਰੀ ਫਰੈਂਡ ਮੂਨ ਕਹਿੰਦੀ ਨੇ? ਜੀ ਮੂਨ ਕਹਿੰਦੀ ਹਨ, ਮੈਂ ਚੰਦੀ ਦੀ ਮੰਡੀ ਵੀ ਨਹੀਂ ਗਿਆ। ਰਿਜ਼ਲਟ ਦੀ ਗੱਲ ਹੈ ਨਾ, ਰਿਜ਼ਲਟ ਅੱਛਾ ਹੀ ਹੋਏਗਾ। ਅਲਾ ਇਸ ਤਰ੍ਹਾਂ ਕਰ ਬੱਚੇ, ਜਾ ਤੇ ਪੀਰ ਬਖਸ਼ ਨੂੰ ਭੇਜ, ਅੱਜ ਤੇ ਮੈਂ ਉਹਦੀ ਖਬਰ ਲਵਾਂ ਕਿ ਮੰਮੀ ਦੇ ਉੱਤੇ ਚੜ ਕੇ ਦੇਖੇ ਕਰਦਾ ਰਹਿੰਦਾ ਹੈ। ਪਾਪਾ, ਮੈਂ ਜ਼ਰਾ ਫਰੈਂਡ ਸੇ ਫੇਸਬੁੱਕ ਤੇ ਗੱਲਾਂ ਕਰਕੇ ਆਤੀ ਹੂੰ। ਓਏ ਬਲਾ ਪਵੇ ਫੇਸਬੁੱਕ ਦੇ ਉੱਤੇ, ਇਹਨਾਂ ਨੂੰ ਮਾਂ ਪਿਓ ਦੀ ਖਿਦਮਤ ਦਾ ਪਤਾ ਨਹੀਂਗਾ, ਫੇਸਬੁੱਕ ਦੀ ਖਿਦਮਤ ਦਾ ਪਤਾ ਨਹੀਂ। ਆਹ ਟਾਈਮ ਪਾਸ ਨਹੀਂ, ਹਾਰ ਫਿਰਦੇ ਨਹੀਂ ਸਾਰੇ। ਓਏ ਫਿਰ ਬਖੋਸ਼, ਇਹ
ٹوٹیاں لا اوئے لاٹو جی پاپا کنا تو ٹوٹیاں لا تے میری گل سن جی پاپا اوئے اوئے کیوں تو انہاں چکرا چ پیا رہنا کے سندا رہنا پاپا گانے اوئے گانے دے پتر اے واں تے پریم کو دی زبان تے گانے سننا کتے سونے سونے گانے او مایا کتے کتے تو جانا وے ماں ساریا خبراں نے سنا ذرا منو پاپا اے گانے اس کو گانا کہتے ہیں تے کی شے ہے یہ اس کو کہتے ہیں گانا میوزک تیرا مہینہ پورا ہو گیا نا فیس بک تے سیواندو ہے تینوں پتا ہوئے نا جو پرچے لے کے آیا سکول بند کیے یہ سکول بند پاپا بات ایسی ہے نا وہ پیپر ایسے کیے ہیں کہ ریزلٹ بننے میں تھوڑا ٹائم لگے گا تیرے سے میرے خیال ہے کچھ اسپیشل کمیٹی بٹائی ہے بڑا کوئی اچھا بڑا کام کر کے آسان اور تیرے سے ممٹی سے کیا چاہ کے کرنا ہے پتنگ بازی گڈی اوئے گڈی اڑانا ٹھیک ہے لیکن تعلیم بھی پہلے ضروری ہے تعلیم پہلے کر تب گڈی بھی اڑانا چل جا رکو اور دفعہ ہو تو منو ریزلٹ لیا کے دے مائک پاننا ہے نمونہ کچھے گیا تافا او سارا خدا تے کہ اوئے تافے اوئے رما دے لفافے امیہ جی کے گلے نمونہ کچھے گیا تافا او سارا خدا تے کہ اوئے تافے اوئے رما دے لفافے امیہ جی کے گلے او ماری دوران امیہ جی او امیہ جی توڑ دیتی ہے سالا کچھ بھی نہیں کیا میں نے خالی موبائل نے گل کی منو کیا پتا کہ تسی کھلوتے ہو خدا تباہ کرے اوے کتنا سکون ہے جے موبائل نہیں ہوندے پیار محبت ہوندیاں لوگ کاراں وچ بیٹھ دے تے اپنے تیاں پتراں دے حال احوال ہوندے ہن تے کاراں وچ بیٹھ دے نہیں تے سارے نے نمونے چکے ہوندے نہیں اچھے ابھی منڈی ہوندی نے باز آجو اس مصیبت سی ورنہ تواڑی ساری نسل تباہ برباد ہو جسی اوے محمد خان چل چل دفعہ میرے سے کاما بڑھا کے دیا یہ جی کہو جا دفعہ چل نا کہو بڑا کے لیا ہوں اور میں تنو کیا کیا ہے زبردست کہو لے کے آنا او میاں جی ہاں او چینی کٹ پاواں کیا بات چینی پتو کٹ پانا چینی کٹ پاواں ہاں نا پتو راستہ راستہ پہ مہنگی ہو دیا اس دفعہ چھپ چھپ پہ بھی گورنمنٹ اپنا کام لا لیا چینی کٹ پاواں ہے کیوں او میاں جی یہ کیوں اوے کدو ہویا تہاڈے نال کیوں ہے میں میڈم صاحب دل تے نہ لڑا خدا خراب کرے منو دس تے صحیح ہویا کیویں میاں جی اس بانے منو بتایا ہوندا تے منو پتہ ہو گیا ہوندا نا کی بتایا ہوندا تے تینو کی پتہ ہونا کچھ دل تے نہ لینا میں ہوں واقعی میرے دل سے درد شروع ہو گئی ہے بتا کیوں ہے مروسی جی ہے دل سے سٹارٹ ہوں دی ہے اوے خدا یا خیر کری یا اللہ ہم تو جلال تو آئی بلال تال تو اور کیوں ہے میرے سے پتر منو بتا دے صحیح دا امی جی ہم سوانے منو آپ ہی دیکھی ہے نا کہ چینی کاٹ پاوی تو منو لگا سونو شکر ہے تیرے پیو نو شکر ہوئے تیرے پیو نو شکر ہوئے تیری ماں نو شکر ہوئے خدا خراب کری امی جی سونو شکر نہیں گی نہیں گی منو شکر مگر الحمدللہ اے منو کیوں ہے کہ میلا تکڑا ہاتھ تکڑا بندہ ہوں کیوں ہی چل چل دفعہ تسی منو پہلے کہو نا کہ چینی زیادہ پا اوئے پتر چینی کائے پینی چاہی دی ہے کوئی اچھی شاہ نہیں گی دفعہ ہو جا گل نو سمجھا کر جا امی جی ایک اور گل سن ہاں لاچیاں زیادہ پاواں اس کے کٹ پتر لاچیاں بس گزاریاں دی پا نا آج کل میرے خیال ہے 250 روپے چھٹا کن اچھا چلو ٹھیک ہے امیہ جی
है बंद कर। मियां जी एक और गल। माइक बंद कर। बात के बला भैया। ओए के बला भैया होते। कोई गल तो पूरी सुनो ना। ओ बात ना के कहना है बात ना। यार मियां जी थोड़े ना गल करना ही बड़ा मुश्किल हो गया। लाचा ग्रैंड करा के कुट के लियावा चट्टू हटे। ओए तू से बैठ ना पुत्र तेरे से कावा लेके। ऐसी अच्छी केड़ी गल। बैठ बैठ बैठ। तेरे से मैं आप कावा ले आना। खुदा खराब करी। ਤਮਾ ਖਰਾਬ ਪਾਛੋ ਲੈ ਕੇ ਚੰਗੇ ਭਲੇ ਬੰਦੇ ਨੂੰ ਸ਼ੁਕਰ ਕਰ ਮਰ। ਚਲ ਜਿਸ ਟਾਈਮ ਤੱਕ ਇਹ ਕਾਵਾ ਲੈ ਕੇ ਆਂਦਾ ਮੈਂ ਜ਼ਰਾ ਮੂੰਹ ਹੱਥ ਧੋ ਲਵਾਂ। ਅਮੀਆ ਜੀ, ਅਮੀਆ ਜੀ ਕਿੱਧਰ ਗਏ ਹੋ? ਨਾ ਬੇਗਮ ਸਾਹਿਬਾ ਵੇ ਨਾ ਮੀਆ ਜੀ, ਤੇ ਕਾਵਾ ਬਣਵਾ ਲਿਆ ਨੇ ਮੇਰੇ ਤੇ। ਚਲ ਯਾਰ ਤਾਫੇ ਪੁੱਤਰ, ਅੱਜ ਆਪਣਾ ਅੱਧਾ ਕਾਵਾ ਆਪ ਹੀ ਪੀ ਲੈ ਤੇ ਮਜ਼ਾ ਆ ਜਾਵੇ। तहजीब कर दे कदर ते कर दे बाकी सरकार दे मोल दा पता नहीं गा मैनू माड़ा सिर खांदा है मेरा के मैं अपनी तनखाह ना मतलब रखा रिजल्ट यहाँ पे रख देते हैं। पापा आएंगे देख लेंगे मार से भी बच जाएंगे डांस से भी। बस सही है। कोई लव लेटर तो नहीं साट गई? रिजल्ट कार्ड है मैथ इंग्लिश नॉर्मल नंबर ते उर्दू इस्लामियात दे विच 15 ते 20 नंबर। ओए ये ते उर्दू दे टै 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 तोती हाल बोल दे ए उर्दू जी। फिर बगल जी मां, फिर बगल जी मां। अरे क्या हो गया, शोर मचाया हुआ है। ए फिर बगल जी मां, बुला सारे अपने बच्चे नु। ओए पीर बखोश और मून बीबी, ओए चन बीबी शाबा जल्दी इधर आ जाओ। मैं बड़ा गुस्से इसने है ना। मियां जी क्यों है गुस्सा किस चीज का? खलो जा, मैं खलो जा, उधर खलो जा। मैं कहनी बकवास ना करे कोई भी, सारे चुप हो जाओ। ओए के मां पीछे छुप दे पयो, ओए इधर खलो जरा। आए तुम्हें क्या हो गया कि बच्चों का सारा निकाला हुआ है? देख जरा। देख जरा अपने बच्चों ने करतूत, देख देख जरा। उर्दू दे भी 15 नंबर लेते नहीं इस जवान ने, ये जरा ममती दे चढ़ जाता ही। ये तीन वाल तक जरा सही ते देख, इधर रिजल्ट देख जरा, फेल नहीं दोनों। के सोचाया मैंने और मैं तुम्हारे से एक सजा मैं मुकर्रर करना पिया हूं। तुसी दोनों मजड़ी गल मैं करा, इनको मुझे जवाब दे सो। ओए ताफे तू भी मुझे इनको ही बोल के जवाब दे से। मैं तो इनको ही बोल रहा हूं। और तू भी इनको ही बोल से। मियां जी अगर सुहाने अपना इन बच्चों 1919 के वाकया सुनाए होंगे तो अच्छे कट नंबर ना लेंदे कभी भी। 1919 का वाकया तो मैं सुनाना वा, पहले मैं ये बता इधर आए तनु के मैं हर टाइम कहना हूं कि पुत्र अपनी अपनी जुबान बोल, कार दे विच इनको बोल, तालीम दे विच उर्दू पढ़, तेरिया दोनों जुबान जड़ियां ठीक हो सुन। तो तू तू कर नहीं सुन, इधर खलो कह लो जगे ना अगिया। एक जमाना होंदा या कि जदों असी मलेशिया का जोड़ा पा के टाटा ते बैठ के उर्दू दे विच पढ़ने आया,
ते जो कार जाने या, ते प्यो साढ़े नाल इनको गला करता आ प्यो सानू कहना आ ओए पुत्र आराम से बैठ उन्हें टांग पाते सही ते कितना मजा आंदा आ उर्दू दे भी सुनने इनको सुनने उसके प्यो ये भी कहते देना कि ओए मानो तंग ना करी ते तेनू पता है वो क्यों नहीं बोलनी है वो क्यों बोलनी है हमारी है तो तुम्हारी है मियां जी सारी तेरी कमजोरी है ना क्या बीवी तेरे सिर पे चढ़ी जाइए ना तू डर ना ते ना बच्चे काट कंबर लेंगे सही कह दियो तुसी सारे सही कह दियो तुसी सारे 1919 का वाकया थोनू मैं सुनावा साढ़े अजीम शायद अहमद अली साई का वाकया लाहौर दे विच एक मुशायरा होया है जिस विच इलामा इकबाल खुद मौजूद है ते जदो अहमद अली साई ने अपना कलाम पढ़ा है जदो अहमद अली साई ने अपना कलाम पढ़ा है ते इलामा इकबाल पे सख्त बोल उठे कि ए इनको दा गालिब है जो अंग्रेज हकूमत ने इस धरती से कब्जा किया है ते अपने नाजायज मुतालिबात साढ़े ते मुसलत करने की कोशिश की थी ते उस मुसलत करने दे विच एक तहरीक चली है उस तहरीक दे विच पिशोरिया ने सबसे ज्यादा कुर्बानियां दीतिया पता है तुहानू तो फिर अब जी आज ये भी बताएं कि हमारी हिंदू जुबान लिखी किसने थी उसके शायर कौन थे किताबें कौन कौन सी हमारी बाबू जी मैं तो कहने मेरे दोस्तों के इनको दे विच किताबा भी होन थे डिक्शनरी भी है थे तुहाने तो कभी सानू ना बताया ओए पुत्र तुहाने कभी दिलचस्पी लेती होए तो मैं तुहानू बतावा ना ओए इनको दे विच किताबा भी छपी है सैकड़ों किताबा छपी है सैकड़ों किताबों को यह छप दिया ओए जालमो तुहानू तो भी नहीं पता कि साढ़े पुराने पाक दा उर्दू दे विच इनको दे विच तर्जुमा भी हो चुका वे माने कभी तो कीता वे कभी तेरी मां ने तुहानू दसा वे बाबू जी सानू तो पढ़ना भी नहीं आंदा इनको दे विच ते ना सानू देख पुत्र देख पुत्र देख मेरे बच्चे जदों मादरी जुबान मां दी गोद से जड़ा सीखदा वे तो उनू उसे उसी उसी दिलचस्पी पैदा होंदी है माँ के तेरी कहानी पहनी कहानी कहानी करती रहती है सारा दिन बाबू जी आते अम्मी कहें अम्मी कहते ना कि तुसी उर्दू बोलो ते बड़े लोगन शुमार होतो बड़े लोगन शुमार होतो पुत्र बड़े हाथी होंदे ते इंसान जड़े ना अपने कदम ना बड़े नहीं होंदे अपनी जुबान ना बड़े नहीं होंदे अपनी तहजीब ना बड़े होंदे जिन्हें कौमा ने अपनी तहजीब की हिफाजत की है जिन्हें कौमा ने अपनी तहजीब की हिफाजत की थी आज वो बाकी रह गए बाकी सारे मिट गए कुरान का तर्जुमा मंगवा के पढ़ो कुरान को अपनी डिक्शनरी मंगा के पढ़ो डिक्शनरी की किताबा छापी है थोड़े किशोर की तंजीम गंदारा इनको बोर्ड ने उस लखा किताबा अगे प्लान चुना दिया पी है इसी तरह से दिलचस्पी लवो ते नाना और ते और गंदारा इनको बोर्ड की कोशिश दे नाल इस साल मरदमशुमारी दे विच इस साल मर्दम शुमारी देवी इनको वाना से पहली दफा खाना पड़ा है तो जिस से पता लग सी कि इनको वान कितने हुन ओए अपनी तहजीब की कदर करो असी तो रुके रहे सारी उम्र जिंदा न रह सीए अबू जी किसी गला कर दो अल्लाह ना करे ना पुत्र मैं खाने में 150 साल और जिंदा रहता है अबू जी लाल लाल सुरंजे गला ना करो मियां जी ਤੁਸੀਂ ਦਲੀਪ ਕੁਮਾਰ ਦੇ ਬਾਰੇ ਪਤਾ ਹੋਣਾ ਇਹਨਾਂ ਨੂੰ ਦਲੀਪ ਕੁਮਾਰ ਕੌਣ ਹੈ ਉਹ ਤਾਂ ਦਲੀਪ ਕੁਮਾਰ ਹੀ ਨਹੀਂ ਪਾਕ ਉਹ ਹਿੰਦ ਦੇ ਜਿਹੜੇ ਵੱਡੇ ਵੱਡੇ ਸਟਾਰ ਹੁਣ ਵੱਡੇ ਵੱਡੇ ਲੋਕ ਹੁਣ ਉਹ ਸਾਰੇ ਪਿਸ਼ੋਰ ਨਾਲ ਤਾਲੁਕ ਰੱਖਦੇ ਨੇ ਤੇਰਾ ਦਲੀਪ ਕੁਮਾਰ ਜਿਹਦਾ ਅਸਲ ਨਾਮ ਯੂਸਫ ਖਾਨ ਹੈ ਤੇਰੇ ਪਿਸ਼ੋਰੀ ਦਾ ਪੁੱਤਰ ਹੈ ਤੇ ਇਸੇ ਧਰਤੀ ਦਾ ਪੁੱਤਰ ਹੈ ਅੱਜ ਉਹਨੂੰ ਨਕਲ ਕਰਦੇ ਸਾਰੇ ਫਖਰ ਮਹਿਸੂਸ ਕਰਦੇ ਨੇ ਮਹਲਾ ਖੁਦਾਦਾਦ ਦੇ ਵਿੱਚ ਰਹਿੰਦਾ ਹੈ ਉਹਦਾ ਪਿਓ ਤੇ ਉਹ ਵੀ ਉਸੇ ਵੀ ਕੀ ਹੈ ਸ਼ਾਹਰੁਖ ਖਾਨ ਉਹਦਾ ਪਿਓ ਪਿਸ਼ੋਰ ਦਾ ਪੁੱਤਰ ਹੈ ਜੇ ਤੁਸੀਂ ਨਕਲਾ ਕਰ ਦਿਓ ਤੇ ਬੱਕਰੀ ਹਾਰ ਮੈਂ ਕਰ ਦਿਓ
तो बुजी आज तक आपने हमें हिंदू जुबान की इतनी शानदार तारीफ क्यों नहीं बताई? हम तो ये समझते थे शाहरुख खान, दिलीप कुमार सब हिंदुस्तान के। कोई हिंदुस्तान का निंगा, ये साड़ी धरती के पुत्र ते इथे दे बच्चे ते इथो थी गए। 1919 का वाक्य दे विच असल गल मैं तुहानू बोलना भूल गया वा। 1930 किसाखानी बाजार दे विच जदों अंग्रेज ने गोलियां चलाईयां ते साढ़े हजारां हजारां तादाद दे विच इनको वान उन्हां दी बंदूकां ते उन्हां दी गोलियां दे अगे आ गए। ओए ज़ालिमो, हर कार दे विचों जनाजा निकले, जवान मरे, बुढ़ा मरे, बच्चा मरे, लेकिन लेकिन इनको वाना ने इनको वाना ने हौसले कभी पस्त नहीं हुए, कभी पस्त नहीं हुए। जिसने उर्दू बोली उदो ते रोटी बंद। मिया जी कावा बन खराब करी इतनी लंबी तहरीर की थी, मेरा गला कुछ हो गया, पीया कावा बड़ा तो सारे पीया सी। ओए खुशी रे इत मैं चटवटे नाचिया कुट के कावा बड़ा सा सवाड़े सारे यहां से ए खुशी दे मौके ते आओ सानू मैं कावा पिलावा अपने हाथ। चलो चलो आओ। ओए रुक मैं तू जरा इधर तू रुक जरा इधर आ गया। मैं जी मने के कीते तनु के मने 300 रुपया देता या के मेरे से कोंटी लेके आ। ओ किथे मियां जी तू कोला नहीं गा पुत्र, मैं सवेरे उठ के चार बादाम खाना वा वो किसे ने 300 रुपया? मिया जी ओ तो मैंने मोबाइल कार्ड को आ दिया या मोबाइल कार्ड को आ ली थी। मैंने क्या कोंटी लेके आया देख एक ऐसे वाइपर का डंडा ले मैं इसको बात कर।